ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਦਾਸ ਮਨਕੀਤ ਸਿੰਘ ਨੇਟਾ ਨੇਟਾ ਮਦਰ ਟੈਂਪੂ ਤੁਹਾਡੇ ਨਾਲ ਸੀ ਲਾਇਸੈਂਸ ਦੀ ਥਿਉਰੀ ਲੈ ਕੇ ਆਏ ਹਾਂ ਜਿੱਦਾਂ ਕਿ ਹੋਮ ਤੱਕ ਤੁਸੀਂ 20 ਲਾਇਸੈਂਸ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਪਿਛਲੇ 4 ਸਾਲਾਂ ਤੋਂ ਅਸੀਂ 20 ਲਾਇਸੈਂਸ ਕਰਾ ਰਹੇ ਹਾਂ ਬਹੁਤ ਵੱਡੀ ਮੰਗ ਤੇ ਅਸੀਂ ਸੀ ਲਾਇਸੈਂਸ ਦੀ ਥਿਉਰੀ ਤਿਆਰ ਕੀਤੀ ਹੈ ਬੜੇ ਹੀ ਸੌਖੇ ਤਰੀਕੇ ਨਾਲ ਕੋਸ਼ਿਸ਼ ਕਰਾਂਗੇ ਵੀ ਸੀ ਲਾਇਸੈਂਸ ਵਿੱਚ ਤੁਹਾਨੂੰ ਬੜੇ ਹੀ ਸਰਲ ਤੇ ਸੌਖੇ ਤਰੀਕੇ ਨਾਲ ਪੜਾਇਆ ਜਾਏ ਆਓ ਦੇਖਦੇ ਹਾਂ ਵੀ ਮੇਨ ਪਹਿਲਾ ਚੈਪਟਰ ਕੀ ਕਹਿੰਦਾ ਹੈ ਸੀ ਲਾਇਸੈਂਸ ਦਾ Il regolamento 561 del 2006 ਜਿੰਦੇ ਬਾਰੇ ਮੈਂ ਦੱਸ ਕੇ ਹਟਿਆਵਾਂ ਕਿ ਇਸ ਕਾਨੂੰਨ ਦਾ ਮੇਨ ਮਕਸਦ ਸੀਗਾ ਬਣਾਉਣ ਦਾ ਕਿ ਵਰਕਰ ਕਿੰਨੇ ਘੰਟੇ ਡਰਾਈਵ ਕਰ ਸਕਦਾ ਹੈ ਕਿੰਨੇ ਘੰਟੇ ਉਹਨੇ ਆਰਾਮ ਕਰਨਾ ਹੈ ਇੱਕ ਹਫ਼ਤੇ 'ਚ ਕਿੰਨੇ ਘੰਟੇ ਗੱਡੀ ਚਲਾਉਣੀ ਆ ਜਾਂ ਇੱਕ ਦਿਨ 'ਚ ਕਿੰਨੇ ਘੰਟੇ ਗੱਡੀ ਚਲਾਉਣੀ ਆ ਉਹਨਾਂ ਉੱਪਰ ਆਪਾਂ ਅੱਜ ਸਵਾਲ ਪੜਾਂਗੇ ਵੇਰੋ ਤੇ ਫਾਲਸੋ ਪਹਿਲੇ ਪੈਰਾਗ੍ਰਾਫ ਵਿੱਚ ਆਪਾਂ ਗੱਲ ਕਰਦੇ ਹਾਂ ਨੋਰਮੇ ਮਤਲਬ ਹੁੰਦਾ ਕਾਨੂੰਨ ਦਿੱਤਾ ਅਤੇ ਦਲ ਰੈਗੂਲਾਮੈਂਟੋ ਰੈਗੂਲਾਮੈਂਟੋ 561 ਵੀ ਜਿਹੜੇ 561 ਦੇ ਕਾਨੂੰਨ ਨਿਯਮ ਬਣਾਏ ਨੇ ਉਹਨਾਂ ਉੱਪਰ ਆਪਾਂ ਇੱਕ ਮਾੜਾ ਜਿਹਾ ਧਿਆਨ ਮਾਰਦੇ ਹਾਂ ਪਹਿਲਾ ਸਵਾਲ ਆ ਇਲ ਰੈਗੂਲਾਮੈਂਟੋ 561 ਦਲ 2006 CE ਓਕੇ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਨੋਟ ਕਰੋਗੇ ਵੀ ਸਾਰੇ ਸਵਾਲ ਸਟਾਰਟਿੰਗ ਵਿੱਚ ਇੱਕੋ ਜਿਹੇ ਸ਼ੁਰੂ ਹੁੰਦੇ ਨੇ ਇਸ ਕਰਕੇ ਇਲ ਰੈਗੂਲਾਮੈਂਟੋ 561 2006 ਇੱਕ ਕਾਨੂੰਨ ਆ ਜਿਹੜਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਸ ਲਈ ਬਣਾਇਆ ਹੈ ਬਾਕੀ ਤੁਸੀਂ ਨੀਚੇ ਤੱਕ ਦੇਖੋਗੇ ਸਾਰਿਆਂ ਦੀ ਸਟਾਰਟਿੰਗ ਇਸੇ ਹੀ ਲਫਜ਼ਾਂ ਤੋਂ ਹੁੰਦੀ ਆ ਪ੍ਰੇਵੇ ਦੇ ਲਾਗੂ ਕਰਦਾ ਹੈ ਡਿਸਪੋਜ਼ੀਸੀਓਨੀ ਰਿਲੇਟਿਵ ਮਤਲਬ ਹੁੰਦਾ ਸੰਬੰਧਿਤ ਟੈਂਪੀ ਦੀ ਗੁਈ ਦਾ ਵੀ ਕਿੰਨਾ ਟਾਈਮ ਗੱਡੀ ਚਲਾਉਣੀ ਆ ਇਹ ਰਿਪੋਜ਼ ਅਤੇ ਕਿੰਨਾ ਸਮਾਂ ਆਰਾਮ ਕਰਨਾ ਹੈ ਸਵਾਲ ਦੁਬਾਰਾ ਪੜ੍ਹਦਾ ਇਲ ਰੈਗੂਲਾਮੈਂਟੋ 561 ਦਲ 2006 ਪ੍ਰੇਵੇਦੇ ਡਿਸਪੋਜ਼ੀਸੀਓਨੀ ਰਿਲੇਟਿਵ ਟੈਂਪੀ ਦੀ ਗੁਈ ਦਾ ਵੀ ਕਿੰਨਾ ਸਮਾਂ ਗੱਡੀ ਚਲਾਉਣੀ ਆ ਡਰਾਈਵ ਕਰਨੀ ਆ ਇਹਦੀ ਰਿਪੋਜ਼ ਅਤੇ ਕਿੰਨਾ ਸਮਾਂ ਆਰਾਮ ਕਰਨਾ ਹੈ ਅਗਰ ਸਵਾਲ ਪੜ੍ਹਨ ਤੋਂ ਬਾਅਦ ਤੁਹਾਨੂੰ ਸਵਾਲ ਸਹੀ ਲੱਗਦਾ ਹੈ ਤੇ ਵੇਰੋ ਅਗਰ ਗਲਤ ਲੱਗਦਾ ਹੈ ਤੇ ਫਾਲਸੋ ਲੇਕਿਨ ਜਿੱਦਾਂ ਕਿ ਰੈਗੂਲਾਮੈਂਟੋ ਜਿਹੜਾ ਪੜ੍ਹ ਰਿਹਾ ਇਸਦਾ ਮੇਨ ਮਕਸਦ ਹੀ ਇਹੀ ਆ ਵੀ ਟੈਂਪੀ ਦੀ ਗੁਈ ਦਾ ਅਤੇ ਰਿਪੋਜ਼ੋ ਵੀ ਕਿੰਨੇ ਸਮੇਂ ਗੱਡੀ ਚਲਾਉਣੀ ਆ ਅਤੇ ਕਿੰਨਾ ਸਮਾਂ ਆਰਾਮ ਕਰਨਾ ਇਸ ਕਰਕੇ ਸਵਾਲ ਆ ਵੇਰੋ ਦੂਜਾ ਸਵਾਲ ਪੜ੍ਹਦੇ ਹਾਂ ਇਲ ਰੈਗੂਲਾਮੈਂਟੋ 561 ਪ੍ਰੇਵੇਦੇ ਡਿਸਪੋਜ਼ੀਸੀਓਨੀ ਸੂਈ ਕੰਪੈਂਸੀ ਮਿਨੀਮੀ ਕੰਪੈਂਸੀ ਮਿਨੀਮੀ ਮਤਲਬ ਹੁੰਦਾ ਘੱਟ ਤੋਂ ਘੱਟ ਡਰਾਈਵਰ ਦੀ ਫੀਸ ਕੰਪੈਂਸੀ ਮਿਨੀਮੀ ਦੇ ਕੰਡੂਚੈਂਟੀ ਵੀ 561 ਕਾਨੂੰਨ ਦਾ ਮੇਨ ਲਾਗੂ ਕਰਨ ਦਾ ਮਕਸਦ ਸੀਗਾ ਵੀ ਘੱਟ ਤੋਂ ਘੱਟ ਡਰਾਈਵਰ ਨੂੰ ਫੀਸ ਦਿੱਤੀ ਜਾਏ ਉੱਥੇ ਫਾਲਸੋ ਤਿੰਨ ਨੰਬਰ ਇਲ ਰੈਗੂਲਾਮੈਂਟੋ 561 ਦਲ 2006 ਮੀਰਾ ਅਦ ਔਮੈਂਟਾਰੇ ਮੀਰਾ ਅਦ ਔਮੈਂਟਾਰੇ ਵੀ ਮੇਨ ਇਸਦਾ ਨਿਸ਼ਾਨਾ ਕੀ ਆ ਮੇਨ ਟੀਚਾ ਕੀ ਆ ਔਮੈਂਟਾਰੇ ਮਤਲਬ ਹੁੰਦਾ ਵਧਾਉਣ ਦਾ ਟੈਂਪੋ ਦੀ ਲਾਵੋਰੋ ਕੰਮ ਜ਼ਿਆਦਾ ਕਰਨ ਦੇ ਕੰਡੂਚੈਂਟੀ ਵੀ 561 ਕਾਨੂੰਨ ਬਣਾਉਣ ਦਾ ਮੇਨ ਟੀਚਾ ਸੀਗਾ ਵੀ ਡਰਾਈਵਰ ਨੂੰ ਜ਼ਿਆਦਾ ਘੰਟੇ ਕੰਮ ਕਰਨਾ ਪਵੇ ਉੱਥੇ ਫਾਲਸੋ ਚਾਰ ਨੰਬਰ ਇਲ ਰੈਗੂਲਾਮੈਂਟੋ 561 ਦਲ 2006 CE ਪ੍ਰੇਵੇਦੇ ਡਿਸਪੋਜ਼ੀਸੀਓਨੀ ਰਿਲੇਟਿਵਾਮੈਂਟੇ ਹੁੰਦਾ ਸੰਬੰਧਿਤ ਜਿਹੜੇ ਜਿਸ ਬਾਰੇ ਆਪਾਂ ਗੱਲ ਕਰ ਰਹੇ ਹਾਂ ਟ੍ਰਾਂਸਪੋਰਟੋ ਦੀ ਕੋਜ਼ੇ ਕੋਜ਼ੇ ਕਹਿੰਦੇ ਨੇ ਸਮਾਨ ਨੂੰ ਵੀ ਇਹ ਸਿਰਫ ਸਮਾਨ ਦੇ ਸੰਬੰਧਿਤ ਬਣਾਇਆ ਗਿਆ ਕਾਨੂੰਨ ਮਨੋਨ ਸੁਲ ਟ੍ਰਾਂਸਪੋਰਟੋ ਦੀ ਪਰਸੋਨੇ ਲੇਕਿਨ ਅਗਰ ਆਪਾਂ ਸਵਾਰੀਆਂ ਲੈ ਕੇ ਜਾਣ ਦੀ ਗੱਲ ਕਰੀਏ ਜਿੱਦਾਂ ਕਿ ਬੱਸ ਆ ਉਹਨਾਂ ਲਈ ਕਾਨੂੰਨ ਲਾਗੂ ਨਹੀਂ ਹੁੰਦਾ ਹੈਗਾ ਫਾਲਸੋ ਜਿੱਦਾਂ ਕਿ ਮੈਂ ਦੱਸਿਆ ਸੀਗਾ ਵੀ 561 ਕਾਨੂੰਨ ਦਾ ਮਕਸਦ ਸੀਗਾ ਸਮਾਨ ਲੈ ਕੇ ਜਾਣ ਵਾਲੇ ਵਹੀਕਲ ਹੋਣ ਜਾਂ ਸਵਾਰੀਆਂ ਲੈ ਕੇ ਜਾਣ ਵਾਲੇ ਹੋਣ ਦੋਨਾਂ ਲਈ ਇਹ ਕਾਨੂੰਨ ਲਾਗੂ ਕੀਤਾ ਗਿਆ ਹੈਗਾ ਏ ਹਾਂਜੀ ਹੁਣ ਸਵਾਲ ਨੰਬਰ 5 ਪੜ੍ਹਦੇ ਹਾਂ ਆਪਾਂ ਇਲ ਰੈਗੂਲਾਮੈਂਟੋ 561 ਦਲ 2006 CE ਪ੍ਰੇਵੇਦੇ ਵੀ ਲਾਗੂ ਕਰਦਾ ਡਿਸਪੋਜ਼ੀਸੀਓਨੀ ਰਿਲੇਟਿਵ ਟੈਂਪੋ ਦੀ ਰਿਪੋਜ਼ੋ ਵੀ ਛੇ ਜਿਹੜਾ 561 ਕਾਨੂੰਨ ਆ ਇਹ ਆਰਾਮ ਕਿੰਨਾ ਕਰਨਾ ਹੈ ਮਾਸੀਮੋ ਪਰਸੇਤੀਮਾਨਾ ਵੀ ਇਹ 561 ਕਾਨੂੰਨ ਦਾ ਮਤਲਬ ਕਿੰਨਾ ਆਰਾਮ ਕਰਨਾ ਤੁਸੀਂ ਇੱਕ ਹਫ਼ਤੇ ਵਿੱਚ ਉਹਦੇ ਲਈ ਇਹ ਕਾਨੂੰਨ ਬਣਾਇਆ ਗਿਆ ਹੈਗਾ ਉੱਥੇ ਫਾਲਸੋ ਇਹ ਆਰਾਮ ਮਾਸੀਮੋ ਨਹੀਂ ਮਿਨੀਮੋ ਕਿੰਨਾ ਕਰਨਾ ਉਹਦੇ ਲਈ ਕਾਨੂੰਨ ਬਣਾਇਆ ਗਿਆ ਹੈਗਾ ਇਹ ਸਵਾਲ ਫਾਲਸੋ ਛੇ ਨੰਬਰ ਇਲ ਰੈਗੂਲਾਮੈਂਟੋ 561 ਦਲ 2006 CE
prevede la GUCAR delle disposizioni relative tempo di guida. ਕਿੰਨਾ ਸਮਾਂ ਡਰਾਈਵ ਕਰਨਾ ਹੈ ਮੈਕਸਿਮਮ ਪਰ ਜਰਨਾਤਾ ਵੀ ਵੱਧ ਤੋਂ ਵੱਧ ਇੱਕ ਦਿਨ ਕਿੰਨੇ ਘੰਟੇ ਡਰਾਈਵ ਕਰਨੀ ਹੈ ਉਹਦੇ ਲਈ ਕਾਨੂੰਨ ਲਾਗੂ ਕੀਤਾ ਗਿਆ ਹੈਗਾ ਉੱਥੇ ਵੇਰੋ 7 ਨੰਬਰ ਇਲ ਰੈਗੂਲਾਮੈਂਟੋ 561 ਦੇ 2006 ਪ੍ਰੇਵੇਦੇ ਡਿਸਪੋਜ਼ੀਸ਼ਨੀ ਰਿਲੇਟਿਵੇ ਟੈਂਪੀ ਦੀ ਗੁਈਦਾ ਮਿਨੀਮੀ ਵੀ ਘੱਟ ਤੋਂ ਘੱਟ ਕਿੰਨੇ ਸਮੇਂ ਗੱਡੀ ਚਲਾਉਣੀ ਹੈ ਡਰਾਈਵ ਕਰਨਾ ਹੈ ਉਹਦੇ ਲਈ ਕਾਨੂੰਨ ਲਾਗੂ ਕੀਤਾ ਗਿਆ ਹੈ ਫਾਲਸੋ ਘੱਟ ਤੋਂ ਘੱਟ ਨਹੀਂ ਵੱਧ ਤੋਂ ਵੱਧ ਕਿੰਨਾ ਟਾਈਮ ਡਰਾਈਵ ਕਰਨਾ ਉਹਦੇ ਲਈ ਕਾਨੂੰਨ ਬਣਾਇਆ ਗਿਆ ਹੈਗਾ ਜਿੱਦਾਂ ਸਵਾਲ ਨੰਬਰ 6 'ਚ ਤੁਸੀਂ ਦੇਖਿਆ ਹੈ ਇਲ ਰੈਗੂਲਾਮੈਂਟੋ 561 ਦੇ 2006 ਚੀ ਏ ਮੀਰਾ ਅਦ ਆਉਮੈਂਟਾਰੇ ਵੀ ਮੇਨ ਨਿਸ਼ਾਨਾ ਕੀ ਹੈ ਕਾਨੂੰਨ ਬਣਾਉਣ ਦਾ ਆਉਮੈਂਟਾਰੇ ਮਤਲਬ ਹੁੰਦਾ ਵਧਾਉਣਾ ਵੀ ਮੇਨ ਦਾ ਉਦੇਸ਼ ਕੀ ਸੀਗਾ ਕਾਨੂੰਨ ਬਣਾਉਣ ਦਾ ਮੇਨ ਮੇਨ ਕਾਰਨ ਕੀ ਸੀਗਾ aumentare vadan il livello di sicurezza stradale livello di sicurezza sicurezza matlab hunda hai surakhya hifazat bi road hifazat vadan li qanoon banaya gaya hega utthe vero 9 number il regolamento 561 del 2006 CE mira migliorare matlab hunda hai ਹਾਲਾਤ ਨੂੰ ਸੁਧਾਰਨਾ ਮਿਲੋਰਾਰੇ ਮਤਲਬ ਹੁੰਦਾ ਹੈ ਵਧੀਆ ਕਰਨਾ ਇੰਪਰੂਵ ਕਰਨਾ ਰਿਲੇਟਿਵੇ ਲੇ ਕੰਡੀਸ਼ਨੀ ਸੋਸ਼ਲੀ ਦੇ ਲੈਬੋਰਟਰੀ ਵੀ ਵਰਕਰ ਦੀ ਜਿਹੜੀ ਸੋਸ਼ਲ ਕੰਡੀਸ਼ਨ ਆ ਉਹਨੂੰ ਵਧੀਆ ਕਰਨ ਲਈ ਅਕੂਈ ਸੀ ਐਪਲੀਕਾ ਐਪਲੀਕਾ ਮਤਲਬ ਹੁੰਦਾ ਹੈ ਇਹ ਕਾਨੂੰਨ ਅਪਲਾਈ ਕੀਤਾ ਗਿਆ ਹੈ ਵਰਕਰ ਦੀ ਸੋਸ਼ਲ ਕੰਡੀਸ਼ਨ ਵਧੀਆ ਕਰਨ ਲਈ ਜਿੱਦਾਂ ਕਿ ਤੁਸੀਂ ਸੇਫਲੀ ਡਰਾਈਵ ਕਰ ਸਕੋ ਵੀ 10 ਘੰਟੇ 9 ਘੰਟੇ ਜਾਂ ਹਫਤੇ 'ਚ 50 ਸਹੀ ਹੋ ਰਹੇ ਵੀ ਜਿੰਨੇ ਵੀ ਘੰਟੇ ਡਰਾਈਵ ਕਰਨੀ ਆ ਉਹ ਬੜੇ ਹੀ ਹਿਫਾਜ਼ਤ ਤਰੀਕੇ ਨਾਲ ਕਰ ਸਕੋ ਇਸ ਲਈ ਇਹ ਕਾਨੂੰਨ ਬਣਾਇਆ ਗਿਆ ਮੀਓਰਾਰੇ ਮਤਲਬ ਹੁੰਦਾ ਹੈ ਵਧੀਆ ਕਰਨ ਲਈ ਬੈਟਰ ਕਰਨ ਲਈ ਇੰਪਰੂਵ ਕਰਨ ਲਈ ਸਵਾਲ ਵੇਰੋ 10 ਨੰਬਰ ਇਲ ਰੈਗੂਲਾਮੈਂਟੋ 561 ਦੇ 2006 prevede bi lagu karda disposizioni relativi massimi massimo tempo di guida bi vad tu ad kinna time tu si drive kar sakde ho consentito in una settimana bi 561 kanun ch tu ne vi lagu kita gaya bi tu si ek hafte ch vad tu vad kinne ghante drive kar sakde ho jidda ki tu si uparli video vich dekhya hona hai ki main ek hafte vich vad tu vad 55 se ho rahi drive kar sakda va is tu zyada main drive nahi kar sakda isliye eh sawal kehnda siga ਮੈਕਸਿਮੋ ਟੈਂਪੋ ਦੀ ਗੁਈਦਾ ਵੀ ਵੱਧ ਤੋਂ ਵੱਧ ਡਰਾਈਵ ਕਰਨਾ ਇਹਨੂੰ ਨਾ ਸੇਤੀ ਮਾਨਾ ਵੀ ਵੱਧ ਤੋਂ ਵੱਧ ਕਿੰਨਾ ਟਾਈਮ ਮੈਂ ਡਰਾਈਵ ਕਰ ਸਕਦਾ ਹੈਗਾ ਵਾ ਆਪਾਂ ਹੁਣ ਦੂਸਰਾ ਪੈਰਾਗ੍ਰਾਫ ਪੜ੍ਹਦੇ ਹਾਂ ਆਂਬੀਤੋ ਐਪਲੀਕਾਟਿਵੋ ਦਲ ਰੈਗੂਲਾਮੈਂਟੋ ਆਂਬੀਤੋ ਮਤਲਬ ਹੁੰਦਾ ਹੈ ਮੇਨ ਖੇਤਰ ਮੇਨ ਏਰੀਆ ਮੇਨ ਕੰਟਰੀ ਮੇਨ ਦੇਸ਼ ਜਿੱਥੇ ਇਹ ਕਾਨੂੰਨ ਅਪਲਾਈ ਕੀਤਾ ਜਾਂਦਾ ਜਿੱਦਾਂ ਯੂਰਪ ਵਿੱਚ ਜਿੰਨੇ ਵੀ ਦੇਸ਼ ਹਨ ਜਿਹੜੇ ਇੰਪੋਰਟ ਐਕਸਪੋਰਟ ਦਾ ਕੰਮ ਕਰਦੇ ਨੇ ਉਹਨਾਂ ਸਾਰਿਆਂ 'ਤੇ ਇਹ ਕਾਨੂੰਨ ਲਾਗੂ ਕੀਤਾ ਗਿਆ ਹੈ ਪਲੱਸ ਕੁਝ ਯੂਰਪ ਨਾਲ ਬਿਜ਼ਨਸ ਡੀਲ ਕਰਦੇ ਨੇ ਜਿਹੜੇ ਕਿ ਯੂਰਪ ਦਾ ਹਿੱਸਾ ਨਹੀਂ ਹਨ ਉਹਨਾਂ ਲਈ ਵੀ ਇਹ ਕਾਨੂੰਨ ਲਾਗੂ ਕੀਤਾ ਗਿਆ ਹੈਗਾ ਹੈ ਸਵਾਲ ਨੰਬਰ 1 ਇਲ ਰੈਗੂਲਾਮੈਂਟੋ 561 ਦੇ 2006 ਚੀਏ ਸੀ ਐਪਲੀਕਾ ਹੁੰਦਾ ਵੀ ਇਹ ਅਪਲਾਈ ਕੀਤਾ ਜਾਂਦਾ ਹੈ ਅਲ ਟ੍ਰਾਂਸਪੋਰਟੋ ਸੂ ਸਟਰਾਦਾ ਦੀ ਪਾਸੇਜੇਰੀ ਪਾਸੇਜੇਰੀ ਮਤਲਬ ਹੁੰਦਾ ਹੈ ਸਵਾਰੀਆਂ ਇਫੈਕਟੂਆਟੋ ਕੋ ਵੀਕੋਲੀ ਆਤੀ ਆ ਟ੍ਰਾਂਸਪੋਰਟਾਰੇ ਪਿਊ ਦੀ 9 ਪਰਸੋਨੇ ਓਕੇ ਜਦੋਂ ਆਪਾਂ 9 ਤੋਂ ਜ਼ਿਆਦਾ ਸਵਾਰੀਆਂ ਲੈ ਕੇ ਜਾ ਰਹੇ ਹਾਂ ਜਿੱਦਾਂ ਕਿ ਤੁਸੀਂ ਇੱਕ ਬੱਸ ਲਗਾ ਲਓ ਜਾਂ ਇੱਕ ਮਿੰਨੀ ਬੱਸ ਲਗਾ ਲਓ ਉਹ 9 ਤੋਂ ਜ਼ਿਆਦਾ ਸਵਾਰੀਆਂ ਲੈ ਕੇ ਜਾਂਦੀ ਆ ਕੰਪਰੇਜ਼ੋ ਇਲ ਕੰਡੂਸ਼ੈਂਟ ਡਰਾਈਵਰ ਵਿੱਚ ਸ਼ਾਮਿਲ ਕਰਕੇ ਜਦ ਮੈਂ 9 ਤੋਂ ਜ਼ਿਆਦਾ ਸਵਾਰੀਆਂ ਲੈ ਕੇ ਜਾਂਦਾ ਵਾਂ ਉਹਨਾਂ ਸਾਰਿਆਂ ਲਈ ਇਹ ਕਾਨੂੰਨ ਲਾਗੂ ਹੈਗਾ ਕਿਉਂਕਿ ਜਿਹੜਾ ਲਾਇਸੈਂਸ B ਆ ਗੱਡੀ ਦਾ ਉਹਦੇ ਲਈ ਇਹ ਕਾਨੂੰਨ ਲਾਗੂ ਨਹੀਂ ਮਤਲਬ ਕਿ ਜਿਹਦਾ ਡਰਾਈਵ ਕਰਦਾ ਹੈ ਇੱਕ ਕਾਰ ਨੂੰ B ਲਾਇਸੈਂਸ ਨਾਲ ਉਹਦੇ 'ਤੇ ਕਾਨੂੰਨ ਲਾਗੂ ਨਹੀਂ ਹੁੰਦਾ ਉਹ ਜਿੰਨੇ ਚਿਰ ਮਰਜ਼ੀ ਡਰਾਈਵ ਕਰ ਸਕਦਾ ਹੈ ਲੇਕਿਨ ਜਦ ਆਪਾਂ C ਲਾਇਸੈਂਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਦ ਆਪਾਂ 9 ਤੋਂ ਜ਼ਿਆਦਾ ਸਵਾਰੀਆਂ ਗੱਡੀ ਵਿੱਚ ਬਿਠਾ ਲੈਂਦੇ ਹਾਂ ਲਾਈਕ ਇੱਕ ਬੱਸ ਉਹਦੇ ਲਈ ਇਹ ਕਾਨੂੰਨ ਲਾਗੂ ਹੋਣਾ ਜ਼ਰੂਰੀ ਹੈਗਾ ਹੈ ਬੈਰੋ
Sual numero 2, il regolamento 561 del 2006 si applica ad alcuni trasporti su strada effettuati, bicuggio effettuati all'interno, interno, oppure dell'Unione Europea. Bisogna pure Europa andare. ਸਮਾਨ ਇੰਪੋਰਟ ਐਕਸਪੋਰਟ ਦਾ ਕਰਦੇ ਨੇ, ਉਹਨਾਂ ਲਈ ਕਾਨੂੰਨ ਲਾਗੂ ਕੀਤਾ ਗਿਆ ਹੈ। ਇੰਟਰਨੋ ਮਤਲਬ ਹੁੰਦਾ ਪੂਰੇ ਦੇ ਅੰਦਰ ਯੂਰਪ ਯੂਨੀਅਨ ਯੂਰੋਪੀਓ, ਵੀ ਜਿੰਨੇ ਵੀ ਪੂਰੇ ਯੂਰਪ ਅੰਦਰ ਸੜਕਾਂ ਉੱਪਰ ਟ੍ਰਾਂਸਫਰ ਦਾ ਕੰਮ ਹੁੰਦਾ ਹੈ, ਸਮਾਨ ਲੈ ਕੇ ਆਉਣ ਜਾਂਦਾ, ਉਹਨਾਂ ਲਈ ਕਾਨੂੰਨ ਲਾਗੂ ਕੀਤਾ ਗਿਆ ਹੈਗਾ ਉੱਥੇ। ਵੇਰੋ ਸਵਾਲ ਨੰਬਰ 3, ਇਲ ਰੈਗੂਲਾਮੈਂਟੋ 561 ਦੈਲ 2006 ਚੀਏ si applica al trasporto su strada di merci. Ok, merci matlab hunda hai saman, jida jede saman leke jande han, effettuati da veicoli di massa, te unna gaddiyan jinna da vazan, massa matlab hunda hai vazan, ammissibile, ok, ammissibile matlab hunda hai jindi ijazat hai। ਤੁਹਾਨੂੰ ਇਹ ਜਿਹੜੇ ਵੀ ਲਫ਼ਜ਼ ਔਖੇ ਲੱਗਦੇ ਨੇ, ਜਿਹੜੇ ਨਵੇਂ ਲਫ਼ਜ਼ ਆ ਰਹੇ ਨੇ, ਇਹ ਨਾਲ ਟ੍ਰਾਂਸਲੇਟ ਕੀਤੇ ਮਿਲ ਰਹੇ ਨੇ, ਕਿਉਂਕਿ ਤੁਹਾਨੂੰ ਜ਼ਿਆਦਾ ਪੜ੍ਹਨ ਵਿੱਚ ਦਿੱਕਤ ਨਾ ਆਏ। ਅਮੈਸੀਬਿਲ ਹੁੰਦਾ ਵੀ ਜਿੰਦੀ ਇਜਾਜ਼ਤ ਹੈਗੀ ਆ। ਕੰਪਰੇਜ਼ੀ ਇਵੈਂਟੁਅਲੀ ਰਿਮੋਰਕੀ ਤੇ ਸੈਮੀ ਰਿਮੋਰਕੀ ਸੁਪਰੀਓਰੇ 2,5 ਟੋਨੇਲਾਤੇ। ਵੀ ਸਵਾਲ ਕਹਿ ਰਿਹਾ ਸੀ ਬਾ ਵੀ ਜਿਹੜੀ ਗੱਡੀ ਸਮਾਨ ਲੈ ਕੇ ਜਾਂਦੀ ਆ, ਅਗਰ ਉਸਦਾ ਵਜ਼ਨ 2.5 ਟਨ ਤੋਂ ਜ਼ਿਆਦਾ ਹੈ, ਉਹਨਾਂ ਲਈ ਕਾਨੂੰਨ ਲਾਗੂ ਕੀਤਾ ਗਿਆ ਹੈਗਾ ਉੱਥੇ। ਫਾਲਸੋ, ਕਿਉਂਕਿ 2.5 ਟਨ ਨਹੀਂ, 3.5 ਟਨ ਤੋਂ ਜ਼ਿਆਦਾ ਵਜ਼ਨ ਹੋਏ ਤਾਂ ਇਹ ਕਾਨੂੰਨ ਅਪਲਾਈ ਕੀਤਾ ਜਾਂਦਾ ਹੈਗਾ ਹੈ। 2.5 ਟਨ ਕਰਕੇ ਸਵਾਲ ਗਲਤ ਹੋ ਗਿਆ ਹੈ। ਸਵਾਲ ਨੰਬਰ 4, ਇਲ ਰੈਗੂਲਾਮੈਂਟੋ 561 del 2006 CE si applica anche al trasporto su ferrovia. Ferrovia matlab railway li vi e kanoon apply kita gaya hega utthe। Falso। 5, il regolamento 561 si applica ai veicoli destinati hunde jehdi gaddi banayi gi a al trasporto di cose, vi jehdi gaddi saman leke jaan layi banayi gi a, manun quelli par onna layi nahi hega, quelli adibiti al trasporto di persone, vi jehdi person leke jandi a, sawariyan leke jandi a, e onde layi nahi hega, e sirf saman leke jaan layi gaddi layi banaya gaya hega utthe। Falso। e saman layi vi banaya gaya hai te sawariyan layi vi banaya gaya hega hai। Sual numero 6, il regolamento 561 del 2006 CE si applica al trasporto su strada di cose, vi è apply kita janda unna li jehde road te saman leke jande han, effettuato coi veicoli di massa massima ammissibile, massa hunda vazan ammissibile jindi ijazat hegi a, compresi eventuali rimorchi ट्राला होए, सेमी रिमोर्की या लंबा ट्राला होवे, सुपरियोरे 3,5 टोनेलाते। भी 3.5 टन तो ऊपर रिमोर्की होवे या सेमी रिमोर्की, दोनों लिए एक कानून अप्लाई किया जाता है गए। बैरो, जिदा कि सवाल नंबर 3 च गलत किया सी, क्योंकि 2.5 टन लिए नहीं, ये 3.5 टन तो उपर वाले व्हीकल ट्रक लिए लागू किया गया है गए। सवाल बैरो, सवाल नंबर 7, इल रेगुलामेंटो 561 दल 2006 CE सी अप्लीका होंगे भी अप्लाई किया जाता है अद अलकूनी ट्रांसपोर्टी सुस्त्राद एफितुआती फ्रा यूनियन एरोपेया, भी जेडे भी यूरोप के अंदर इंपोर्ट एक्सपोर्ट का काम होंगे, समान लेके आना या समान लेके जाना, ए पाएजी दल स्पाजियो इकोनॉमिको एरोपेयो। स्पाजियो इकोनॉमिको एरोपेयो का मतलब होंगे, जिदा कि मैं उपरली वीडियो दसाया भी जिदा कि स्विट्जरलैंड यूरोप नाल काम करता है बिजनेस के तरीके लिए, जिदा समान लेके जाता है या समान बेचता है, उन्होंने गड्डियों भी ये कानून लागू किया गया हैगा है। इसलिए स्पाजियो इकोनॉमिको एरोपेयो या जिन्हें भी यूरोप देश हैं
ਉਹਨਾਂ ਲਈ ਜਾਂ ਜਿਹੜੇ ਯੂਰੋਪ ਨਾਲ ਕੰਮ ਕਰਦੇ ਹਨ ਸਭੀ ਕੇ ਲਈ ਕਾਨੂੰਨ ਲਾਗੂ ਕੀਤਾ ਗਿਆ ਹੈਗਾ ਉੱਥੇ ਵੇਰੋ ਸਵਾਲ ਨੰਬਰ 8 ਇਲ ਰੈਗੂਲਾਮੈਂਟੋ 561 ਦੇ 2006 ਚੀ ਏ ਸੀ ਐਪਲੀਕਾ ਅਲ ਟ੍ਰਾਂਸਪੋਰਟੋ ਸੂ ਸਟਰਾਦਾ ਦੀ ਪਾਸੇਜੇਰੀ ਵੀ ਜਿਹੜੇ ਵਹੀਕਲ ਸਵਾਰੀਆਂ ਲੈ ਕੇ ਜਾਂਦੇ ਹਨ ਇਹ ਫਿਤਵਾ ਤਿਕੋ ਟੈਕਸੀ ਉਹ ਆਟੋਬੂਸ ਉਹ ਆਟੋਬੂਸ ਰਾਹੀਂ ਲੈ ਕੇ ਜਾ ਰਹੇ ਨੇ ਜਾਂ ਟੈਕਸੀ ਲਈ ਲੈ ਕੇ ਜਾ ਰਹੇ ਨੇ ਉਹਨਾਂ ਲਈ ਵੀ ਕਾਨੂੰਨ ਲਾਗੂ ਕੀਤਾ ਗਿਆ ਹੈਗਾ ਉੱਥੇ ਫਾਲਸੋ ਟੈਕਸੀ ਉੱਪਰ ਇਹ ਕਾਨੂੰਨ ਲਾਗੂ ਨਹੀਂ ਕੀਤਾ ਜਾਂਦਾ ਕਿਉਂਕਿ ਟੈਕਸੀ ਵਿੱਚ 9 ਤੋਂ ਜ਼ਿਆਦਾ ਸਵਾਰੀਆਂ ਨਹੀਂ ਬੈਠਦੀਆਂ ਸਵਾਲ ਸੀਗਾ ਫਾਲਸੋ ਨਿਚਲੇ ਪੈਰਾਗ੍ਰਾਫ ਵਿੱਚ ਗੱਲ ਕਰਾਂਗੇ ਆਪਾਂ ਪੈਰੀਓਦੀ ਦੀ ਗੁਈਦਾ ਜੋਰਨਲੀਅਰੋ ਵੀ ਕਿੰਨਾ ਸਮਾਂ ਮੈਂ ਗੱਡੀ ਚਲਾਉਣੀ ਆ ਇੱਕ ਦਿਨ ਦੇ ਵਿੱਚ ਵੀ ਕਿੰਨੇ ਘੰਟੇ ਮੈਂ ਡਰਾਈਵ ਕਰਨਾ ਹੈ ਇੱਕ ਦਿਨ ਦੇ ਵਿੱਚ ਸਵਾਲ ਨੰਬਰ 1 ਸੇਕੋਂਦੋ ਮਤਲਬ ਹੁੰਦਾ ਹੈ ਹਿਸਾਬ ਨਾਲ ਕੁਆਂਟੋ ਸਟਾਬਿਲੀਤੋ ਦਲ ਰੈਗੂਲਾਮੈਂਟੋ 561 ਦਲ 2006 ਵੀ ਇਸ ਕਾਨੂੰਨ ਦੇ ਹਿਸਾਬ ਨਾਲ ਇਲ ਪੀਰੀਓਦੋ ਦੀ ਗੁਈਦਾ ਜੋਰਨਲੀਅਰੋ ਵੀ ਇੱਕ ਦਿਨ 'ਚ ਕਿੰਨੇ ਘੰਟੇ ਡਰਾਈਵ ਕਰਨੀ ਆ ਪੋਇਸ ਰੇਸਤੇਜ਼ੋ ਇਸ ਤੇਜ਼ੋ ਮਤਲਬ ਹੁੰਦਾ ਹੈ ਉਹਨੂੰ ਵੰਡਿਆ ਜਾ ਸਕਦਾ ਹੈ ਫੀਨੋ ਦੇਚੀਓਰੇ 10 ਘੰਟੇ ਇੱਕ ਦਿਨ 'ਚ ਮਾਨੋਨ ਪਿਊ ਦੀ ਦੂਏ ਵੋਲਤੇ ਆਰਖੋ ਦਿਲਾ ਸਤੀਮਾਨਾ ਪਰ ਵੱਧ ਤੋਂ ਵੱਧ 2 ਵਾਰੀ ਇੱਕ ਹਫ਼ਤੇ ਵਿੱਚ ਮਤਲਬ ਕੀ ਸੀਗਾ ਵੀ ਤੁਸੀਂ 10 ਘੰਟੇ ਡਰਾਈਵ ਕਰ ਸਕਦੇ ਹੋ ਲੇਕਿਨ ਵੱਧ ਤੋਂ ਵੱਧ 2 ਵਾਰੀ ਇੱਕ ਹਫ਼ਤੇ 'ਚ ਜਿੱਦਾਂ ਕਿ ਤੁਸੀਂ ਅਗਰ ਮੰਗਲਵਾਰ 10 ਘੰਟੇ ਗੱਡੀ ਚਲਾਈ ਆ ਤਾਂ ਉੱਧਰ ਗੱਡੀ ਤੁਸੀਂ ਚਲਾ ਸਕਦੇ ਹੋ ਇੱਕ ਦਿਨ ਹੋਰ ਜਿੱਦਾਂ ਕਿ ਜੁਵੇ ਦੀ 10 ਘੰਟੇ 10 ਘੰਟੇ ਡਰਾਈਵ ਸਿਰਫ ਤੁਸੀਂ 2 ਦਿਨ ਕਰ ਸਕਦੇ ਹੋ ਸਵਾਲ ਸੀਗਾ ਵੇਰੋ secondo quanto stabilito dal regolamento 561 del 2006 CE vi penso XR con un de hisab nal il periodo di guida giornaliero può essere 11 ore vi 11 kente drive kar sakda main per non più di 2 volte in una settimana vi 11 kente 2 vari ek hafte ch main drive kar sakda utthe falso sawal number 10 secondo quanto stabilito dal regolamento 561 del 2006 CE vi penso XR con un de hisab de nal il periodo di guida giornaliero vi ek din drive di norma matlab hunda hai kanuni taur te è di 9 ore consecutive vi kanuni taur te tusi lagatar consecutive hunda tusi lagatar 9 ghante drive karni hegi utthe falso 4 number secondo quanto stabilito dal regolamento 561 del 2006 CE vi penso XR kanun de hisab nal il periodo di guida giornaliero ਵੀ ਇੱਕ ਦਿਨ ਵਿੱਚ ਡਰਾਈਵ ਪ੍ਰੇਵੇਦੇ ਲਾਗੂ ਕਰਦਾ ਹੈ ਊਨਾ ਓਪਿਊ ਇੱਕ ਜਾਂ ਇੱਕ ਤੋਂ ਜ਼ਿਆਦਾ ਇੰਟਰਰੂਸੀਓਨੀ ਮਤਲਬ ਹੁੰਦਾ ਹੈ ਰੁਕਣਾ ਦੀ ਗੁਈਦਾ ਓਪਲੀਗਾਟੋਰੀਆ ਵੀ ਇੱਕ ਜਾਂ ਇੱਕ ਤੋਂ ਜ਼ਿਆਦਾ ਵਾਰੀ ਗੱਡੀ ਰੋਕਣੀ ਜ਼ਰੂਰੀ ਹੈਗੀ ਆ ਉੱਥੇ ਬੇਰੋ ਇਹ ਕਾਨੂੰਨੀ ਤੌਰ 'ਤੇ ਆ ਕਿ ਤੁਸੀਂ ਜਦ ਡਰਾਈਵ ਕਰਦੇ ਹੋ ਇੱਕ ਦਿਨ ਵਿੱਚ ਗੱਡੀ ਨੂੰ ਇੱਕ ਜਾਂ ਇੱਕ ਤੋਂ ਜ਼ਿਆਦਾ ਵਾਰੀ ਗੱਡੀ ਰੋਕ ਕੇ ਰੈਸਟ ਕਰਨੀ ਜ਼ਰੂਰੀ ਆ ਸਵਾਲ ਆ ਬੇਰੋ ਸਵਾਲ ਨੰਬਰ 5 secondo quanto stabilito dal regolamento 561 del 2006 CE vi penso XR con un de hisab nal il periodo di guida giornaliero vi ek din di drive può essere massimo di 8 ore vi vado to vado tu si 8 ghante hi drive kar sakde ho falso appa 9 ghante drive kar sakde ha te vado to vado 10 ghante vi drive kar sakde ha hafte ch 2 vari ਸਵਾਲ ਨੰਬਰ 6 ਸਵਾਲ ਸੀਗਾ ਫਾਲਸੋ ਸੈਕੋਂਡੋ ਕੁਆਂਟੋ ਸਟਾਬਿਲੀਤੋ ਦਲ ਰੈਗੂਲਾਮੈਂਟੋ 561 ਦਲ 2006 ਇਲ ਪੀਰੀਓਦੋ ਦੀ ਗੁਈਦਾ ਜੋਰਨਾਲੀਏਰੋ ਪੋ ਐਸਰ ਸਟੇਜ਼ੋ ਵੀ ਨੂੰ ਵੰਡਿਆ ਜਾ ਸਕਦਾ ਹੈ ਆ 12 ਓਰੇ ਵੀ ਇੱਕ ਦਿਨ ਦੀ ਡਰਾਈਵ ਨੂੰ 12 ਮਤਲਬ ਕਿ 12 ਘੰਟੇ ਲਗਾਤਾਰ ਪੁਰਕੇ
अगर इंटर वाला तो मतलब होंदा है अगर तुसी रुक लेंदे हो रेस्ट कर लेंदे हो इंटरवल कर लेंदे हो द अलमेनो त्रे इंटरुप्शनी दी गुइडा दी 45 मिनूटी मतलब कि सवाल दा मतलब सीगा अगर तुसी 12 घंटे दिन च गड्डी चलानी आ तो तुहानू कम से कम 3 वारी 45 मिनट रुक के रेस्ट करनी पैनी हैगी उत्ते फालसो 12 घंटे लगातार ड्राइव आपा नहीं कर सकदे Sval numero 7, secondo quanto stabilito dal regolamento 561 del 2006 CE, vi penso exact decnun de hisabnal il periodo di guida giornaliero bi ek din di drive di norma canunni torte non deve superare le 9 ore. Bi canunni torte tu si no kente tu jada drive nahin kar sakde canunni torte vero. ਹੁਣ ਆਪਣੇ ਮਾਈਂਡ 'ਚ ਇੱਕ ਕੁਐਸਚਨ ਆਏਗਾ ਕਿ ਆਪਾਂ 10 ਘੰਟੇ ਦਾ ਜ਼ਿਕਰ ਵੀ ਤਾਂ ਕੀਤਾ ਸੀਗਾ ਓਕੇ ਅਸੀਂ ਮੰਨਦੇ ਹਾਂ ਕਿ 10 ਘੰਟੇ ਡਰਾਈਵ ਕਰਨੀ ਆ ਲੇਕਿਨ ਉਹ ਸਿਰਫ 2 ਵਾਰੀ ਕਰ ਸਕਦੇ ਹਾਂ ਆਪਾਂ ਹਫ਼ਤੇ ਵਿੱਚ ਇਟਲੀ 'ਚ ਕਾਨੂੰਨ ਆ ਵੀ ਤੁਸੀਂ ਵੱਧ ਤੋਂ ਵੱਧ 9 ਘੰਟੇ ਡਰਾਈਵ ਕਰ ਸਕਦੇ ਹੋ ਅਗਰ 10 ਘੰਟੇ ਕਰਨੀ ਆ ਤਾਂ ਉਹਦੀ ਸਿਰਫ 2 ਵਾਰੀ ਇਜਾਜ਼ਤ ਆ ਇਹ ਸਵਾਲ ਬੜਾ ਹੀ ਇੰਪੋਰਟੈਂਟ ਆ ਕਿਉਂਕਿ ਆਪਣੇ ਮਾਈਂਡ 'ਚ ਇਹ ਸਵਾਲ ਬੈਠ ਜਾਂਦਾ ਕਿ 10 ਘੰਟੇ ਆਪਾਂ ਡਰਾਈਵ ਕਰਨੀ ਆ ਲੇਕਿਨ 10 ਘੰਟੇ ਸਿਰਫ ਮਜਬੂਰਨ ਤੌਰ 'ਤੇ ਕਰ ਸਕਦੇ ਹਾਂ ਕਾਨੂੰਨੀ ਤੌਰ 'ਤੇ ਸਿਰਫ ਆਪਾਂ 9 ਘੰਟੇ ਹੀ ਡਰਾਈਵ ਕਰਨੀ ਹੈਗੀ ਆ ਉੱਥੇ ਸਵਾਲ ਆ ਵੈਰੋ ਅੱਗੇ ਆਪਾਂ ਕਿੰਨੇ ਟਾਈਮ ਰੈਸਟ ਕਰਨੀ ਆ ਇੱਕ ਦਿਨ ਦੇ ਵਿੱਚ ਸਵਾਲ ਨੰਬਰ 1 Secondo quanto stabilito dal regolamento 561 del 2006 CE, vi penso exercunun de hisabnal, è vietato guidare, bitono drive karandim nahi, guidare da drive karna, per più di 6 giorni consecutivi. ਕੌਨਸੇਗੁਇਟੀ ਹੁੰਦਾ ਲਗਾਤਾਰ ਵੀ ਤੁਹਾਨੂੰ 6 ਦਿਨ ਤੋਂ ਲਗਾਤਾਰ ਜ਼ਿਆਦਾ ਗੱਡੀ ਚਲਾਉਣ ਦੀ ਮਨਾਹੀ ਲੱਗੀ ਹੈਗੀ ਉੱਥੇ ਵੇਰੋ ਕਿਉਂਕਿ ਤੁਸੀਂ ਵੱਧ ਤੋਂ ਵੱਧ 6 ਦਿਨ ਹੀ ਡਰਾਈਵ ਕਰ ਸਕਦੇ ਹੋ ਜਾਂ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀਵਾਰ ਤੱਕ ਬਸ ਐਤਵਾਰ ਨੂੰ ਰੈਸਟ ਆ ਐਤਵਾਰ ਨੂੰ ਛੁੱਟੀ ਇਸ ਕਰਕੇ ਤੁਸੀਂ 6 ਦਿਨ ਤੋਂ ਜ਼ਿਆਦਾ ਡਰਾਈਵ ਨਹੀਂ ਕਰ ਸਕਦੇ Suala vero, do number secondo quanto stabilito dal regolamento 561 del 2006 CE. Vi penso exact con un de hisavna il periodo di riposo. Riposo, aram, karna, giornaliero, denvec, ridotto, cut. È di almeno 9 ore. ਨੌ ਘੰਟੇ ਨੋਂ ਪਿਊ ਦੀ ਤ੍ਰੇਵੋਲਤੇ ਲਾ ਸੈਤੀਮਾਨਾ ਵੀ ਵੱਧ ਤੋਂ ਵੱਧ 3 ਵਾਰੀ ਅਸੀਂ ਨੌਂ ਘੰਟੇ ਦਾ ਰਿਪੋਜ਼ੋ ਕਰ ਸਕਦੇ ਹਾਂ ਵੇਰੋ ਓਕੇ ਜਿੱਦਾਂ ਕਿ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵਾਂ ਕਿ ਕਾਨੂੰਨੀ ਤੌਰ 'ਤੇ ਘੱਟ ਤੋਂ ਘੱਟ 11 ਘੰਟੇ ਦੀ ਰੈਸਟ ਚਾਹੀਦੀ ਹੈ ਇੱਕ ਡਰਾਈਵਰ ਨੂੰ ਇੱਕ ਦਿਨ ਵਿੱਚ ਜਿੱਦਾਂ ਮਤਲਬ ਮੈਂ ਡਰਾਈਵ ਕਰਦਾ ਵਾਂ ਮੇਰੇ ਲਈ ਜ਼ਰੂਰੀ ਕਿ ਜਿਹੜੀਆਂ ਮੈਂ ਗੱਲਾਂ ਦੱਸ ਰਿਹਾ ਵਾਂ ਸਿਖਾ ਰਿਹਾ ਵਾਂ ਇਹ ਪਲੀਜ਼ ਨੀਚੇ ਨੋਟ ਕਰ ਲਿਆ ਕਰੋ ਵੀ 1 ਘੰਟੇ 'ਚ ਡਰਾਈਵ ਕਿੰਨੇ ਘੰਟੇ ਕਰਨੀ ਆ ਕਿੰਨੇ ਘੰਟੇ ਰਿਪੋਜ਼ੋ ਕਰਨਾ ਹੈ ਇੱਕ ਵੱਖਰੀ ਕਾਪੀ ਪੈਨ ਲੈ ਲਓ ਉਹਦੇ ਨਾਲ ਲਿਖ ਲਿਆ ਕਰੋ ਕਿਉਂਕਿ ਜ਼ਿਆਦਾਤਰ ਤਾਂ ਆਪਾਂ ਵਰਡਿੰਗ ਯਾਦ ਰਹਿ ਜਾਏਗੀ ਲੇਕਿਨ ਜਿਹੜੇ ਘੰਟੇ ਹੁੰਦੇ ਨੇ ਉਹ ਲਿਖਣੇ ਜ਼ਰੂਰੀ ਨੇ ਕਿਉਂਕਿ ਜਿਹੜੇ ਘੰਟੇ ਨੇ ਉਹ ਕਿੰਨੇ ਘੰਟੇ ਡਰਾਈਵ ਕਰਨੀ ਆ ਕਿੰਨੇ ਘੰਟੇ ਗੱਡੀ ਰੋਕਣੀ ਆ ਉਹ ਆਪਾਂ ਨੂੰ ਨਾਲ ਲਿਖਣੇ ਪੈਣੇ ਹਨ ਕਿਉਂਕਿ ਆਪਾਂ ਜ਼ਿਆਦਾ ਗੱਲਾਂ ਯਾਦ ਨਹੀਂ ਰੱਖ ਪਾਉਂਦੇ ਸੋ ਰਿਪੋਜ਼ੋ ਜਿਹੜਾ ਕਰਨਾ ਹੈ ਉਹ ਕਾਨੂੰਨੀ ਤੌਰ 'ਤੇ 11 ਘੰਟੇ ਦਾ ਹੈ ਲੇਕਿਨ ਅਗਰ ਮੰਨ ਲਓ ਮੇਰੇ ਕੋਲ 11 ਘੰਟੇ ਦਾ ਰਿਪੋਜ਼ੋ ਨਹੀਂ ਹੋ ਰਿਹਾ ਕਿਉਂਕਿ ਕੰਮ ਜ਼ਿਆਦਾ ਹੈ ਤਾਂ ਮੈਂ 9 ਘੰਟੇ ਦਾ ਰਿਪੋਜ਼ੋ ਕਰ ਸਕਦਾ ਲੇਕਿਨ ਰਿਪੋਜ਼ੋ ਜਿਹੜਾ 9 ਘੰਟੇ ਦਾ ਉਹ ਸਿਰਫ 3 ਵਾਰੀ ਕਰ ਸਕਦਾ ਮੈਂ ਸੋਮਵਾਰ 9 ਘੰਟੇ ਦਾ ਕਰ ਲਿਆ ਇੱਕ ਫਿਰ ਮੰਗਲਵਾਰ ਕਰ ਲਿਆ ਅਤੇ ਇੱਕ ਕਰ ਲਿਆ ਵੀਰਵਾਰ ਜਿਹਨੂੰ ਆਪਾਂ ਜੋਵੇ ਦੀ ਕਹਿ ਦਿੰਦੇ ਹਾਂ ਇਸ ਤੋਂ ਜ਼ਿਆਦਾ ਵਾਰੀ ਮੈਂ ਗੱਡੀ ਦਾ ਰਿਪੋਜ਼ੋ ਨਹੀਂ ਕਰ ਸਕਦਾ ਕਿਉਂਕਿ ਇਸਦਾ ਮੈਨੂੰ ਜੁਰਮਾਨਾ ਆ ਸਕਦਾ ਹੈ ਅਗਰ ਮੈਂ 3 ਤੋਂ ਜ਼ਿਆਦਾ ਵਾਰੀ ਗੱਡੀ 9 ਘੰਟੇ ਲਈ ਰੋਕਦਾ ਵਾਂ ਸਵਾਲ ਆ ਬੈਰੋ 3 ਨੰਬਰ secondo quanto stabilito dal regolamento 561 del 2006 ਵੀ 561 ਕਾਨੂੰਨ ਜਿਹੜਾ 2006 'ਚ ਲਾਗੂ ਕੀਤਾ ਗਿਆ ਸੀ ਉਹਦੇ ਹਿਸਾਬ ਨਾਲ ਇਲ ਪੀਰੀਓਡੋ ਦੀ ਰਿਪੋਜ਼ੋ ਆਰਾਮ ਜੋਰਨਲੀਅਰੋ ਇੱਕ ਦਿਨ ਵਿੱਚ ਇਹ ਪੀਰੀਓਡੋ ਦੌਰਾਨ ਤੇ ਇਲ ਕੁਆਲੇ
ਵੀ ਇਹ ਉਹ ਸਮਾਂ ਹੈ ਜਿਸ ਦੌਰਾਨ, ਦੌਰਾਨ ਤੇ ਮਤਲਬ ਹੁੰਦਾ ਦੌਰਾਨ, ਜਿਸ ਦੇ ਦੌਰਾਨ ਇਲ ਕੰਡੂਚੈਂਟੇ ਨੋਮ ਪੋ ਡਿਸਪੋਰੇ, ਵੀ ਡਰਾਈਵਰ ਕੁਝ ਨਹੀਂ ਕਰ ਸਕਦਾ ਲਿਬਰਮੈਂਟੇ ਦਲ ਪ੍ਰੋਪਰੀਓ ਟੈਂਪੋ, ਵੀ ਰਿਪੋਜ਼ੋ ਦੇ ਦੌਰਾਨ ਡਰਾਈਵਰ ਕੁਝ ਵੀ ਨਹੀਂ ਕਰ ਸਕਦਾ ਉੱਥੇ। ਫਾਲਸੋ, ਜਦੋਂ ਮੰਨ ਲਓ ਮੈਂ ਉਸ ਟਾਈਮ ਗੱਡੀ ਨਹੀਂ ਚਲਾਉਣੀ 11 ਘੰਟੇ, ਉਸ ਦੌਰਾਨ ਮੈਂ ਕੁਛ ਵੀ ਹੋਰ ਕਰ ਸਕਦਾ, ਜ਼ਰੂਰੀ ਨਹੀਂ ਕਿ ਅਗਰ ਮੈਂ ਗੱਡੀ ਨਹੀਂ ਚਲਾਉਣੀ ਤਾਂ ਮੈਂ ਇੱਕ ਜਗ੍ਹਾ ਬੈਠੇ ਰਹਿਣਾ ਹੈ। ਰਿਪੋਜ਼ੋ ਮਤਲਬ ਹੁੰਦਾ ਡਰਾਈਵ ਨਹੀਂ ਕਰਨੀ, ਲੇਕਿਨ ਇਸ ਤੋਂ ਇਲਾਵਾ ਕੁਛ ਹੋਰ ਮੈਂ ਕਰ ਸਕਦਾ ਹੈਗਾ ਵਾਂ। ਸਵਾਲ ਕਹਿ ਰਿਹਾ ਸੀ ਵੀ ਡਰਾਈਵਰ ਨੋਮ ਪੋ ਦਿਸਪੋਰ ਲਿਬਰਾਮੈਂਟ, ਡਰਾਈਵਰ ਖੁੱਲ੍ਹੇ ਤੌਰ 'ਤੇ ਹੋਰ ਕੁਝ ਨਹੀਂ ਕਰ ਸਕਦਾ। ਸਵਾਲ ਆ ਫਾਲਸੋ, ਡਰਾਈਵਰ ਕੁਝ ਕਰ ਸਕਦਾ ਹੈ। Sual number 4, secondo quanto stabilito dal regolamento 561 del 2006 CE, penso XR con un de hisabnal, il periodo di riposo aram da sama giornaliero ik denda regolare, matlab normal, regolare normal è di almeno 9 ore. ਵੀ ਇੱਕ ਦਿਨ 'ਚ ਰੈਗੂਲਰ 9 ਘੰਟੇ ਰੈਸਟ ਕਰਨੀ ਜ਼ਰੂਰੀ ਆ। ਫਾਲਸੋ, ਜਿਹੜੀ ਰੈਗੂਲਰ ਆ ਉਹ 11 ਘੰਟੇ ਦੀ ਆ, ਰਿਦੋਤੋ ਘੱਟ ਨੂੰ ਆਪਾਂ 9 ਘੰਟੇ 'ਚ ਕਰ ਸਕਦੇ ਹਾਂ, ਰੈਗੂਲਰੇ ਰਿਪੋਜ਼ੋ ਆ 11 ਘੰਟੇ ਦੀ। ਵੀ ਇੱਕ ਬੰਦੇ ਲਈ ਰੈਗੂਲਰ ਰਿਪੋਜ਼ੋ 11 ਘੰਟੇ ਦੀ ਕਰਨੀ ਜ਼ਰੂਰੀ ਹੈਗੀ ਉੱਥੇ। ਸਵਾਲ ਆ ਫਾਲਸੋ, 5 number, secondo quanto stabilito dal regolamento 561 del 2006, vi penso XR con un gira banaghi, si us dei sabno, il periodo di riposo giornaliero, vi ek den vich aram da sama, rest regolare, jedi regular carnione, è di almeno kam se kam 11 ore, vi kat tu kat 11 ghente di ਆਰਾਮ ਫਰਮਾਉਣਾ ਜ਼ਰੂਰੀ ਹੈਗਾ ਉੱਥੇ। ਵੇਰੋ, 6 ਨੰਬਰ, ਸੈਕੰਡੋ ਕੁਆਂਟੋ ਸਟਾਬਿਲੀਟੋ ਦਲ ਰੈਗੂਲਾਮੈਂਟੋ 561 ਦਲ 2006 CE, 561 ਕਾਨੂੰਨ ਦੇ ਹਿਸਾਬ ਨਾਲ ਇਲ ਪੀਰੀਓਡੋ ਦੀ ਰਿਪੋਜ਼ੋ ਜੋਰਨਲੀਅਰੋ, ਵੀ ਇੱਕ ਦਿਨ ਵਿੱਚ ਆਰਾਮ ਕਰਨ ਦਾ ਸਮਾਂ, ਰਿਦੋਤੋ ਘੱਟ ਐ 45 ਮਿੰਟੀ 45 ਮਿੰਟ ਓਨੀ 4 ਓਰੇ ਏ ਮੈਜੋ ਦੀ ਗੁਈਦਾ, ਵੀ ਹਰੇਕ 4.5 ਘੰਟੇ ਤੋਂ ਬਾਅਦ 45 ਮਿੰਟ ਗੱਡੀ ਰੋਕਣੀ ਜ਼ਰੂਰੀ ਹੈਗੀ ਉੱਥੇ। ਫਾਲਸੋ, ਜਿਹੜਾ ਰਿਪੋਜ਼ੋ ਦਾ ਸਮਾਂ ਹੈ ਘੱਟ ਤੋਂ ਘੱਟ ਉਹ 9 ਘੰਟੇ ਦਾ, ਉਹ ਵੀ 3 ਵਾਰੀ 1 ਹਫ਼ਤੇ ਵਿੱਚ। ਸਵਾਲ ਨੰਬਰ 7, ਸਵਾਲ ਸੀਗਾ ਫਾਲਸੋ, ਸੈਕੰਡੋ ਕੁਆਂਟੋ ਸਟਾਬਿਲੀਟੋ ਦਲ ਰੈਗੂਲਾਮੈਂਟੋ 561, ਵੀ 561 ਕਾਨੂੰਨ ਦੇ ਹਿਸਾਬ ਨਾਲ ਨੋਨ ਸੀ ਪੋਸਨ ਇਹ ਫਿਤਵਾਰੇ, ਵੀ ਤੁਸੀਂ ਕਰ ਨਹੀਂ ਸਕਦੇ, ਇਹ ਫਿਤਵਾਰੇ ਮਤਲਬ ਹੁੰਦਾ ਕਰਨਾ, ਇਹ ਫਿਤਵਾਰੇ ਮਤਲਬ ਹੁੰਦਾ ਕਰਨਾ, ਵੀ ਨੋਨ ਪੋਸਨ ਇਹ ਫਿਤਵਾਰੇ, ਪਿਊ ਦੀ 3 ਪੀਰੀਓਡ ਦੀ ਰਿਪੋਜ਼ ਜੋਰਨਲੀਅਰ, ਵੀ 3 ਵਾਰੀ ਉਹ ਰੈਸਟ ਕਰ ਸਕਦਾ ਹੈ, ਤਰਾ 2 ਪੀਰੀਓਡੀ ਦੀ ਰਿਪੋਜ਼ੋ ਸਿਤਮਨਾਲੇ। ਵੀ ਸਵਾਲ ਕਹਿੰਦਾ ਹੈ ਕਿ ਉਹ 3 ਤੋਂ ਜ਼ਿਆਦਾ ਵਾਰੀ ਰੈਸਟ ਨਹੀਂ ਕਰ ਸਕਦਾ, ਤਰਾ 2 ਪੀਰੀਓਡੀ ਦੀ ਰਿਪੋਜ਼ੋ ਸਿਤਮਨਾਲੇ, ਵੀ ਵੱਧ ਤੋਂ ਵੱਧ 3 ਵਾਰੀ ਗੱਡੀ ਰੋਕ ਕੇ ਰੈਸਟ ਕਰ ਸਕਦਾ, ਉਸ ਤੋਂ ਜ਼ਿਆਦਾ ਵਾਰੀ ਗੱਡੀ ਰੋਕ ਕੇ ਰੈਸਟ ਨਹੀਂ ਕਰ ਸਕਦਾ ਉੱਥੇ। ਵੈਰੋ,